ਮੱਝਾਂ ਨੇ ਮੁਕਾਬਲੇ 'ਚ ਜਿੱਤਿਆ ਬੁਲਟ ਮੋਟਰਸਾਈਕਲ। ਖੁਰਾਕ ਅਜਿਹੀ ਕਿ ਪਛਾੜ ਦਿੱਤੀਆਂ ਬਾਕੀ ਮੱਝਾਂ। ਇਸ ਪਰਿਵਾਰ ਦੀਆਂ ਦੋਨਾਂ ਮੱਝਾਂ ਨੇ ਰਚ ਦਿੱਤਾ ਇਤਿਹਾਸ। ਪਹਿਲਾਂ ਮੂਰਾ ਮੱਝ ਅਤੇ ਫਿਰ ਨੀਲੀ ਰਾਵੀ ਬਣੀ ਚੈਂਪੀਅਨ। ਤਾਂ ਦੱਸ ਦੇ ਕਿ ਜਿੱਥੇ ਪੰਜਾਬ ਦੇ ਵਿੱਚ ਲੋਕ ਦੇਸੀ ਕਿੱਤੇ ਨੂੰ ਛੱਡ ਕੇ ਬਾਹਰ ਵੱਲ ਜਾ ਰਹੇ ਨੇ, ਉੱਥੇ ਹੀ ਇਸ ਪਰਿਵਾਰ ਨੇ ਇਸ ਦੇਸੀ ਕਿੱਤੇ ਨਾਲ ਇਤਿਹਾਸ ਰਚ ਦਿੱਤਾ। ਮੁਕਾਬਲੇ 'ਚ ਉਤਰੀਆਂ ਇਹ ਮੱਝਾਂ ਬਾਕੀ ਮੱਝਾਂ ਨੂੰ ਪਛਾੜ ਕੇ ਚੈਂਪੀਅਨ ਬਣ ਜਾਂਦੀਆਂ ਨੇ ਤੇ ਇਨਾਮ ਦੇ ਵਿੱਚ ਇਹਨਾਂ ਨੂੰ ਬੁਲਟ ਮੋਟਰਸਾਈਕਲ ਨਾਲ ਨਵਾਜ਼ਿਆ ਜਾਂਦਾ ਹੈ, ਜਿਸ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਤਾਂ ਦੱਸ ਦਈਏ ਕਿ ਸਮਾਣਾ ਦੇ ਰਹਿਣ ਵਾਲੇ ਪਰਿਵਾਰ ਵੱਲੋਂ PDF ਡੈਰੋ ਐਕਸਪੋ 2024 ਦੇ ਵਿੱਚ ਆਪਣੀਆਂ ਮੱਝਾਂ ਮੁਕਾਬਲੇ ਦੇ ਵਿੱਚ ਉਤਾਰੀਆਂ ਜਾਂਦੀਆਂ, ਜਿੱਥੇ ਇਹਨਾਂ ਦੀਆਂ ਦੋ ਨਸਲ ਦੀਆਂ ਮੱਝਾਂ ਦੇ ਮੁਕਾਬਲੇ ਹੋਏ, ਇੱਕ ਮੂਰਾ ਅਤੇ ਦੂਸਰੀ ਨੀਲੀ ਰਾਵੀ। ਤੇ ਇਹਨਾਂ ਦੋਨਾਂ ਮੱਝਾਂ ਨੇ ਆਪਣੇ ਮੁਕਾਬਲਿਆਂ ਦੇ ਵਿੱਚ ਪੂਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਿਸ ਵਿੱਚ ਇਹਨਾਂ ਮੱਝਾਂ ਨੇ ਇਤਿਹਾਸ ਰਚ ਦਿੱਤਾ। ਤਾਂ ਤੁਹਾਨੂੰ ਦੱਸ ਦਈਏ ਕਿ ਮੂਰਾ ਮੱਝ ਨੇ 26 ਕਿਲੋ 726 ਗ੍ਰਾਮ ਦੁੱਧ ਦੇ ਕੇ ਦੇਸ਼ ਭਰ ਦੇ ਵਿੱਚੋਂ ਆਈਆਂ ਮੱਝਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਨੀਲੀ ਰਾਵੀ ਮੱਝ ਨੇ ਪਹਿਲੇ ਸੂਏ ਦੇ ਵਿੱਚ ਹੀ ਆਪਣੇ ਆਪ ਦੇ ਵਿੱਚ ਰਿਕਾਰਡ ਬਣਾ ਕੇ 20 ਕਿਲੋ 213 ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ। ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਇੱਕ ਹੀ ਗਰੁੱਪ ਦੀਆਂ ਦੋਨੋਂ ਅਲੱਗ ਅਲੱਗ ਕੈਟੇਗਰੀ ਦੇ ਵਿੱਚ ਮੱਝਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਹ ਸਾਰੀ ਜਾਣਕਾਰੀ ਸਾਨੂੰ ਪੰਜਾਬ ਸਿੰਘ ਨੇ ਖੁਦ ਦਿੱਤੀ। ਅਸੀਂ ਉਹਨਾਂ ਦੇ ਘਰ ਪਹੁੰਚੇ ਅਤੇ ਮੱਝਾਂ ਵੀ ਵੇਖੀਆਂ ਤੇ ਇਹ ਸਾਰੀ ਜਾਣਕਾਰੀ ਵੀ ਹਾਸਲ ਕੀਤੀ। ਸਾਰੇ ਬਣਦੇ ਇਨਾਮਾਂ ਦੇ ਨਾਲ ਫੋਟੋ ਸਰਟੀਫਿਕੇਟ ਤੇ ਸ਼ੀਲਡ ਅਤੇ ਬੁਲਟ ਮੋਟਰਸਾਈਕਲ ਵੀ ਇਹਨਾਂ ਦੇ ਵੱਲੋਂ ਇਨਾਮ ਦੇ ਵਿੱਚ ਦਿੱਤੇ ਗਏ। ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਆਪਾਂ ਇੰਨੀ ਵੱਡੀ ਰਾਸ਼ੀ ਲਾ ਕੇ ਬਾਹਰ ਵਿਦੇਸ਼ਾਂ ਦੇ ਵੱਲ ਜਾ ਰਹੇ ਹਾਂ, ਉਸਦੀ ਬਜਾਏ ਅਸੀਂ ਪਿਤਾ ਪੁਰਖੀ ਧੰਦੇ ਨੂੰ ਅਪਣਾ ਕੇ ਇੱਥੇ ਹੀ ਕਮਾਈ ਕਰ ਲਈਏ ਤੇ ਆਪਣੇ ਪਰਿਵਾਰ ਦੇ ਨਾਲ ਸੁਖੀ ਸ਼ਾਂਤੀ ਰਹੀਏ। ਨੂਜੇਟਿਨ ਤੁਹਾਨੂੰ ਉਸ ਦੁੱਧ ਉਤਪਾਦਕ ਨੌਜਵਾਨ ਨੂੰ ਦਿਖਾਉਣ ਜਾ ਰਿਹਾ ਜਿਸ ਨੇ ਦੁੱਧ ਦਾ ਕੰਮ ਕਰਕੇ ਮੱਝਾਂ ਦਾ ਕੰਪੀਟੀਸ਼ਨ ਹੋਇਆ ਜਗਰਾਵਾਂ ਦੇ ਵਿੱਚ, ਜਿਸ ਦੇ ਵਿੱਚ ਮੁਰਰਾ ਨਸਲ ਦੀ ਜਿਹੜੀ ਨਸਲ ਦੀ ਮੱਝ ਹੁੰਦੀ ਹੈ ਉਸਨੇ ਕਿੰਨਾ ਦੁੱਧ ਦਿੰਦੇ ਸੀ ਚੁਆਈ ਦੇ ਵਿੱਚ, ਉਹ ਸਾਰਾ ਕੰਪੀਟੀਸ਼ਨ ਗੱਲਬਾਤ ਕਰਦੇ ਹਾਂ। ਪੰਜਾਬ ਸਿੰਘ ਹੈ, ਪੰਜਾਬ ਸਿੰਘ ਜੀ, ਤੁਹਾਡੇ ਮਨ ਦੇ ਵਿੱਚ ਇਹ ਚੀਜ਼ਾਂ ਕਿਸ ਤਰ੍ਹਾਂ ਪੈਦਾ ਹੋਈਆਂ ਵੀ ਤੁਸੀਂ ਇਹ ਇਸ ਪਾਸੇ ਲਗੇ ਹੋ, ਜਿਹੜਾ ਪਸ਼ੂ ਰੱਖੇ ਤੁਸੀਂ? ਪਹਿਲਾਂ ਤਾਂ ਜੀ ਸਾਰੇ ਤੁਹਾਡੇ ਚੈਨਲ ਵਾਲੇ ਦੇਖਣ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਨਾ ਜੀ, ਵੈਸੇ ਅਸੀਂ ਕਿੱਤਾ ਤਾਂ ਕਰਦੇ ਪੀੜ੍ਹੀ ਦਰ ਪੀੜ੍ਹੀ ਜੀ, ਪਿਤਾ ਪੁਰਖੀ ਸਾਡਾ ਧੰਦਾ ਜੀ, ਪਰ ਮੈਂ ਇਸ ਕਿੱਤੇ ਦੇ ਵਿੱਚ ਆਇਆ ਜੀ, ਸੱਚਖੰਡ ਵਾਸੀ ਮਹਾਂਪੁਰਸ਼ ਹੋਇਆ ਜੀ, ਬਾਬਾ ਬਿਧੀ ਚੰਦ ਸਾਹਿਬ ਦੇ ਅੰਸ਼ ਵੰਸ਼ ਦੇ ਵਿੱਚ, ਧੰਨ ਬਾਬਾ ਦਇਆ ਸਿੰਘ ਸਾਹਿਬ ਜੀ, ਉਹਨਾਂ ਨੇ ਆਪ ਕਿਰਪਾ ਕਰਕੇ ਜੀ ਮੈਨੂੰ ਇਸ ਕਿੱਤੇ ਵੱਲ ਲਾਇਆ। ਵੀ ਪਹਿਲਾਂ ਮੈਂ ਸਟੱਡੀ ਕਰਦਾ ਸੀਗਾ ਜੀ, ਉਸ ਤੋਂ ਬਾਅਦ ਵੀ ਤੁਸੀਂ ਆਪਣਾ ਪਿਤਾ ਪੁਰਖੀ ਧੰਦਾ ਕਰੋ, ਮੱਝਾਂ ਰੱਖੋ, ਤੇ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਮੈਂ ਇਸ ਕਿੱਤੇ ਵਿੱਚ ਆਇਆ ਜੀ। ਤੇ ਉਦੋਂ ਬਾਅਦ ਕਿੱਤੇ ਦੇ ਵਿੱਚ ਆਉਣ ਤੋਂ ਬਾਅਦ ਚੰਗੇ ਜਾਨਵਰਾਂ ਦਾ ਸ਼ੌਂਕ ਪੈ ਗਿਆ, ਜਦੋਂ ਚੰਗੇ ਜਾਨਵਰ ਕੋਲ ਹੋਏ ਉਸ ਤੋਂ ਬਾਅਦ ਸਾਡੇ ਗਰੁੱਪ ਦੇ ਵੀਰ ਆ ਸਾਰੇ ਜੀ, ਮੈਂ ਇੱਥੇ ਤਾਂ ਬਾਕੀ ਵੀਰ ਮਾਝੇ ਦੇ ਆ ਜੀ, 5-6 ਜਣਿਆਂ ਦਾ ਸਾਡਾ ਗਰੁੱਪ ਹੈ ਜੀ, ਤੇ ਫਿਰ ਸਾਡਾ ਕੰਪੀਟੀਸ਼ਨ ਦਾ ਰੁਝਾਨ ਬਣ ਗਿਆ। ਪਿਛਲੇ 6-7 ਸਾਲਾਂ ਤੋਂ ਕੰਪੀਟੀਸ਼ਨ ਲੜਦੇ ਆ ਰਹੇ ਜੀ, ਕਈ ਵਾਰੀ ਖਾਲੀ ਹੱਥ ਵੀ ਆਏ ਤੇ ਕਈ ਜਿੱਤਾਂ ਵੀ ਹਾਸਲ ਕੀਤੀਆਂ ਪਹਿਲਾਂ ਵੀ, ਪਰ ਚੈਂਪੀਅਨ ਪਹਿਲੀ ਵਾਰ ਮਾਲਕ ਨੇ ਕਿਰਪਾ ਕਰਕੇ ਬਣੇ। ਪੰਜਾਬ ਦੇ ਵਿੱਚ ਤੁਹਾਡੀ ਜਿਹੜੀ ਮੱਝ ਹੈ ਇਹੀ ਚੈਂਪੀਅਨ ਆਈ ਹੈ? ਇਹ ਨਹੀਂ, ਪੂਰੇ ਪੰਜਾਬ 'ਚ ਨਹੀਂ ਜੀ, ਪੂਰੇ ਇੰਡੀਆ ਦੇ ਵਿੱਚੋਂ ਚੈਂਪੀਅਨ ਆਈ ਹੈ। ਠੀਕ ਹੈ। ਤੇ ਚੈਂਪੀਅਨਸ਼ਿਪ ਵੀ ਐਵੇਂ ਦੀ ਹੋਈ, ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਮੱਝਾਂ ਨੂੰ 7 ਦਿਨ ਪਹਿਲਾਂ ਬੁਲਾ ਕੇ
ਤੇ ਉਸ ਤੋਂ ਬਾਅਦ ਮੱਝਾਂ ਦੀ ਕੈਮਰਿਆਂ ਦੀ ਨਿਗਰਾਨੀ ਹੇਠ ਚੁਆਈ ਹੋਈ। ਬਕਾਇਦਾ ਉਹਨਾਂ ਦੇ ਬਲੱਡ ਸੈਂਪਲ ਹੋਏ, ਮਿਲਕ ਦੇ ਸੈਂਪਲ ਹੋਏ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਵੈਧ ਜਾਂ ਇਲੀਗਲ ਦਵਾਈ ਜਾਂ ਲੀਗਲ ਦਵਾਈ ਕੋਈ ਵੀ ਉਹਦੇ 'ਤੇ ਕੋਈ ਨਜਾਇਜ਼ ਚੀਜ਼ ਨਾ ਵਰਤੀ ਗਈ ਹੋਵੇ, ਵੀ ਜਿਹਦੇ ਵਿੱਚ ਵੀ ਮੱਝ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਰੋਥ ਵਧਾਉਣ ਦੀ ਚੀਜ਼ ਨਾ ਦਿੱਤੀ ਗਈ ਹੋਵੇ। ਅਤੇ ਉਹਦੇ ਵਿੱਚੋਂ ਹੋਰ ਖਾਸ ਗੱਲ ਇਹਦੇ 'ਚ ਇਹ ਹੈ ਜੀ, ਆਪਣਾ ਇਹ ਜਿਹੜਾ ਮੁਕਾਬਲਾ ਜੀ, ਇਹ ਮੋਹਰਾ ਅਤੇ ਨੀਲੀ ਰਾਵੀ ਦੇ ਵਿੱਚੋਂ ਜੀ, ਦੋਨੇ ਦੋਨੋਂ ਬਰੀਡ ਦੇ ਵਿੱਚੋਂ ਮਾਲਕ ਦੀ ਮਿਹਰ ਸਦਕਾ ਦੋਨੋਂ ਬਰੀਡ ਦੇ ਵਿੱਚੋਂ ਆਪਣੇ ਮੱਝਾਂ ਦੋਨੋਂ ਚੈਂਪੀਅਨ ਬਣੇ। ਨਸਲ ਹੈ, ਤੁਸੀਂ ਕਿੱਥੋਂ ਲੈ ਕੇ ਆਏ ਤੇ ਸ਼ੁਰੂ ਤੋਂ ਪਾਲੀ ਹੋਊਗੀ ਤੁਸੀਂ ਲਿਆ ਕੇ ਇਹ ਜੀ? ਪਹਿਲਾਂ ਤਾਂ ਮੰਨ ਲਓ ਘਰ ਦੇ ਵਿੱਚ ਵੀ ਜਾਨਵਰ ਹੈ ਜੀ, ਪਰ ਇਹ ਜਿਹੜੀ ਮੱਝ ਹੈ ਜੀ ਇਹਦਾ ਨਾਮ ਭਾਗ ਹੈ ਜੀ। ਇਹ ਗੁਰਵਾਲੀ ਤੋਂ ਮਹਾਂਪੁਰਸ਼ ਹੈ ਜੀ, ਉਹਨਾਂ ਨੇ ਆਪ ਕਿਰਪਾ ਕਰਕੇ ਜੀ ਇਹ ਮੈਨੂੰ ਮੱਝ ਦਿੱਤੀ ਤੇ ਭਾਗ ਉਹਨਾਂ ਨੇ ਆਪ ਨਾਮ ਰੱਖਿਆ, ਤੇ ਨਾਲ ਇਹ ਵੀ ਬਖਸ਼ਿਸ਼ਾਂ ਵੀ ਕੀਤੀਆਂ ਵੀ ਇਹ ਭਾਗਾਂ ਵਾਲੀ ਭਾਗ ਲਾਊਗੀ। ਇਹ ਮੱਝ ਮੈਨੂੰ ਉਹਨਾਂ ਨੇ ਦਿੱਤੀ ਜੀ, ਇਹ ਕੋਈ ਖਰੀਦਣ ਦਾ ਮਸਲਾ ਨਹੀਂ, ਆਪਣਾ ਬੱਚਾ ਜਾਣ ਕੇ ਉਹਨਾਂ ਨੇ ਦੇ ਦਿੱਤੀ ਜੀ। ਅੱਜ ਤੁਸੀਂ ਕੀ ਮਹਿਸੂਸ ਕਰ ਰਹੇ? ਪੂਰੇ ਦੇਸ਼ ਦੇ ਵਿੱਚ ਤੁਹਾਡੀ ਮੱਝ ਦਾ ਇਨਾਮ ਚੈਂਪੀਅਨ ਬਣੇ ਹੋ ਤੁਸੀਂ, ਤੁਸੀਂ ਜੀ ਕਿੰਨੀ ਇਸ ਦੀ ਮਿਹਨਤ ਕਰਦੇ ਹੋ, ਕਿੰਨਾ ਕੰਮ ਟਾਈਮ ਲਾਉਂਦੇ ਹੋ ਇਸਦੇ ਉੱਤੇ, ਪੂਰਾ ਪਰਿਵਾਰ ਹੀ ਲੱਗਦਾ ਹੋਣਾ ਤੁਹਾਡੇ ਨਾਲ? ਦੇਖੋ ਜੀ, ਮਿਹਨਤ ਦੀ ਜੇ ਗੱਲ ਕਰੀਏ, ਮਿਹਨਤ ਤਾਂ ਸਾਰੇ ਹੀ ਕਰਦੇ ਆ, ਪਰ ਕਹਿਬੇ ਕੋ ਸੋਭਾ ਨਹੀਂ ਦੇਖਾ ਜੀ, ਪਰਵਾਣੇ ਤਾਂ ਮੇਰਾ ਅੰਦਰ ਹੀ ਜਾਣਦਾ ਜੀ ਮਾਲਕ ਨੇ ਕਿੰਨੀ ਕਿਰਪਾ ਕਰਕੇ ਤਰਸ ਕਰਕੇ ਦਾਤ ਬਖਸ਼ੀ ਹੈ ਜੀ, ਕਿਉਂਕਿ ਇਹ ਮਿਹਨਤ ਦੇ ਸਦਕਾ ਕੋਈ ਪਾ ਨਹੀਂ ਸਕਦਾ ਜੇ, ਕਿਉਂਕਿ ਮਿਹਨਤ ਤਾਂ ਮੈਂ ਪਹਿਲਾਂ ਵੀ ਕਰਦਾ ਸੀਗਾ, ਅੱਜ ਵੀ ਕਰਦੇ ਹਾਂ, ਹਾਲਾਂਕਿ ਜੇ ਮਿਹਨਤ ਦਾ ਰੋਲ ਅਦਾ ਕਰੀਏ ਵਿੱਚ ਸਾਰੇ ਹੀ ਕਰਦੇ, ਪਰ ਦਾਤ ਸੱਚੇ ਪਾਤਸ਼ਾਹ ਨੇ ਤਰਸ ਕਰਕੇ ਦਿੱਤੀ ਆ, ਕੋਈ ਸਿਆਣਪ ਦੇ ਨਾਲ ਇਹ ਜਿੱਤ ਹਾਸਲ। ਕਿਲੋ ਇਹਨੇ ਦੁੱਧ ਦਿਆ ਦੋਨਾਂ ਟਾਈਮ ਦਾ, ਉਸਦੇ ਵਿੱਚ ਤੁਸੀਂ ਮੁਕਾਬਲੇ 'ਚ ਚੈਂਪੀਅਨ ਬਣੇ ਹੋ। ਇਹ ਜੀ ਇਹਨੇ ਦੁੱਧ ਦਿੱਤਾ 26 ਕਿਲੋ 726 ਗ੍ਰਾਮ ਤੇ ਲਮਸਮ 27 ਕਿਲੋ ਦੁੱਧ ਦਿੱਤਾ ਜੀ ਮੂਹਰਾ ਮੱਝ ਨੇ, ਤੇ ਨੀਲੀ ਰਾਵੀ ਮੱਝ ਨੇ ਪਹਿਲਣ ਝੋਟੀ ਨੇ ਇੰਡੀਆ ਦਾ ਰਿਕਾਰਡ ਬਣਾਇਆ, ਪਹਿਲਣ ਝੋਟੀ ਹੋ ਕੇ 20 ਕਿਲੋ 806 ਗ੍ਰਾਮ ਦੁੱਧ ਦਿੱਤਾ ਜੀ, ਦੋਨੋਂ ਬਰੀਡ ਦੇ ਵਿੱਚ ਚੈਂਪੀਅਨ ਬਣੀ ਹੈ ਜੀ। ਤੇ ਅੱਜ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਪਰਿਵਾਰ ਔਰ ਤੁਸੀਂ? ਬਹੁਤ ਜ਼ਿਆਦਾ ਖੁਸ਼ੀ ਦਾ ਸਮਾਂ ਜੀ, ਐਵੇਂ ਦਾ ਸਮਾਂ ਕਿਸੇ ਕਿਸੇ ਵਿਰਲੇ ਟਾਵੇਂ ਨੂੰ ਮਾਲਕ ਤਰੁੱਟ ਕੇ ਦਾਤ ਬਖਸ਼ਦਾ ਜੀ, ਕਿਉਂਕਿ ਪਸ਼ੂ ਪਾਲਕਾਂ ਨੂੰ ਏਡਾ ਵੱਡਾ ਖੁਸ਼ੀ ਦਾ ਸਮਾਂ ਕਦੇ ਕਦੇ ਹੀ ਸੁਭਾਵਕ ਹੁੰਦਾ, ਮਾਲਕ ਸਭ 'ਤੇ ਮਿਹਰ ਰੱਖੇ ਜੀ, ਜਿੰਨੇ ਪਸ਼ੂ ਪਾਲਕ ਆ ਜੀ ਸਾਰਿਆਂ ਨੂੰ ਮਾਲਕ ਐਵੇਂ ਦਾ ਖੁਸ਼ੀ ਦਾ ਸਮਾਂ ਬਖਸ਼ੇ। ਚੰਗੀ ਬਰੀਡ ਰੱਖੋ, ਚੰਗੇ ਉਹਨਾਂ ਦੇ ਅੱਗੋਂ ਸੀਮਣ ਯੂਜ਼ ਕਰੋ, ਝੋਟੇ ਵਧੀਆ ਯੂਜ਼ ਕਰੋ, ਅਤੇ ਜਿਵੇਂ ਅੱਜ ਆਮ ਕਿਸਾਨ ਅੱਗੇ ਆਇਆ ਅਤੇ ਉਵੇਂ ਹੀ ਕੱਲ੍ਹ ਨੂੰ ਉਹ ਵੀ ਆਮ ਬੰਦੇ ਵੀ ਅੱਗੇ ਆ ਸਕਦੇ ਆ। ਇਹ ਮੁਕਾਬਲੇ ਦੇ ਵਿੱਚ ਖਾਸੀਅਤ ਇਹ ਸੀਗੀ ਜੀ ਕਿ ਜਿਹੜਾ ਮੁਕਾਬਲਾ ਸੀ ਇਹ ਬਹੁਤ 3 ਚੋਟੀਦਾਰ ਮੱਝਾਂ ਉਹ ਸੀਗੀਆਂ ਜਿਹੜੀਆਂ ਪਹਿਲਾਂ ਕਈ ਵਾਰ ਚੈਂਪੀਅਨ ਰਹਿ ਚੁੱਕੀਆਂ ਸੀ, ਅਤੇ ਚਿਹਰੇ ਉਹ ਸੀਗੇ ਜਿਹੜੇ ਕਈ ਕਈ ਮੇਲਿਆਂ ਦਾ ਐਕਸਪੀਰੀਅੰਸ ਅਤੇ ਕਦੇ ਕਈ ਨਾ ਹਰਨ ਵਾਲੇ ਚਿਹਰੇ ਸੀਗੇ ਵਿੱਚ, ਅਤੇ ਮਾਲਕ ਨੇ ਬੜੀ ਕਿਰਪਾ ਕਰਕੇ ਤਰਸ ਕਰਕੇ ਇਹ ਝੋਲੀ ਦਾਤ ਪਾਈ ਹੈ ਜੀ। ਤੁਹਾਡਾ ਪੰਜਾਬ ਸਿੰਘ ਬੇਟਾ? ਹਾਂਜੀ। ਤੁਸੀਂ ਲਾਲ ਲੱਗਦੇ ਹੋ, ਮੈਂ ਦੇਖ ਰਿਹਾ ਕਰ ਰਹੇ ਸੀ ਸੇਵਾ ਇਹਨਾਂ ਦੀ ਮੱਝਾਂ ਦੀ। ਸੇਵਾ ਤਾਂ ਜੀ ਸਾਰਿਆਂ ਨੂੰ ਰਲ ਮਿਲ ਕੇ ਕਰਨੀ ਪੈਂਦੀ ਹੈ, ਅਤੇ ਜਦੋਂ ਇਹ ਨਹੀਂ ਸੀ ਹੁਣ 7 ਦਿਨ ਉੱਥੇ ਰਿਹਾ, ਉਹ ਮੈਂ ਆਪਣੀ ਨਿਗਰਾਨੀ ਦੇ ਵਿੱਚ ਹੀ ਸਾਰੇ ਕੰਮ ਕਰਵਾਉਂਦਾ ਰਿਹਾ, ਧਾਰਾਂ ਕੱਢਣ ਵਾਲੇ ਧਾਰਾਂ ਹੋਰ ਸਨ, ਮੈਂ ਕੋਲ ਬਹਿ ਕੇ ਸਾਰਾ ਕੁਛ ਕਰਵਾਉਂਦਾ ਰਿਹਾ, ਪੱਠਾ ਦੱਥਾ ਜੋ ਦਾਣਾ ਫੱਕਾ ਸਾਰਾ ਕੁਛ ਪਾਉਣਾ ਕਰਨਾ, ਭਈ ਠੰਡ ਠੁੰਡ ਤੋਂ ਬਚਾਉਣਾ, ਅੰਦਰ ਕੱਚੇ ਕੋਲੇ ਵੀ ਲਿਆ ਕੇ ਬਾਲਣੇ, ਸਾਰਾ ਕੁਛ ਕੀਤਾ ਉਹ ਮਤਲਬ ਠੰਡ ਤੋਂ ਬਚਾਉਣ ਲਈ। ਜਿਸ ਤਰ੍ਹਾਂ ਆਮ ਜ਼ਿੰਮੇਦਾਰ ਅਸੀਂ ਦੇਖਦੇ ਹਾਂ ਦੁੱਧ ਦੇ ਉਸਦੇ ਦੁੱਧ ਜ਼ਿਆਦਾ ਹੋ ਜਾਵੇ, ਕੀ ਤੁਸੀਂ ਖੁਰਾਕ ਦਿੰਦੇ ਹੋ ਖਾਸ ਤੌਰ 'ਤੇ ਇਹਨਾਂ ਨੂੰ? ਹਰੇ ਪੱਠੇ ਜਾਂ ਤੂੜੀ 'ਤੇ ਜ਼ੋਰ ਹੁੰਦਾ ਅੱਜ ਕੱਲ੍ਹ ਆਮ ਜ਼ਿੰਮੇਦਾਰ? ਨਹੀਂ ਜੀ, ਉਹ ਜਿਹੜੀ ਖੁਰਾਕ ਬਾਰੇ ਹੈ ਉਹ ਪੰਜਾਬ ਸਿੰਘ ਨੂੰ ਹੀ ਪੁੱਛੋ ਜੀ। ਪੰਜਾਬ ਸਿੰਘ ਜੀ, ਜਿਸ ਤਰ੍ਹਾਂ ਆਮ ਜਿਹੜੇ ਰੱਖਦੇ ਆ ਲੋਕ ਪਸ਼ੂ, ਉਹਨੂੰ ਖੁਰਾਕ ਮਤਲਬ ਜਿਸ ਤਰ੍ਹਾਂ ਦੁੱਧ ਵਧੀਆ ਹੋਵੇ, ਗਾੜਾ ਹੋਵੇ, ਚੰਗਾ ਹੋਵੇ, ਤਾਕਤਵਰ,
ਝੋਲ ਵੀ ਉਸਦਾ ਚੰਗੀਆਂ ਬਣਦਾ ਹੈ। ਉਸਦੇ ਵਿੱਚ ਕਿਸ ਤਰ੍ਹਾਂ ਕਿ ਮੰਨ ਲਓ ਤੁਸੀਂ ਮਤਲਬ ਬਨੋਲੇ ਛੋਲੇ ਜਾਂ ਗਵਾਰਾਂ ਜਿਸ ਤਰ੍ਹਾਂ ਦਿੰਦੇ ਹੁੰਦੇ ਸੀ ਪਹਿਲੇ ਤਾਂ ਅਸੀਂ ਛੋਟੇ ਹੁੰਦੇ ਸੁਣਦੇ ਦੇਖਦੇ ਸੀ। ਅਸੀਂ ਤਾਂ ਜੀ ਮੇਰੇ ਨਾਲ ਜ਼ਿਆਦਾ ਖਲ ਅਤੇ ਛੋਲੇ, ਛੋਲਿਆਂ ਦਾ ਚੂਰਾ ਕਹਿ ਲਵੋ ਜਾਂ ਟੁੱਟ ਕਹਿ ਲਵੋ ਛੋਲਿਆਂ ਦੀ, ਅਸੀਂ ਜ਼ਿਆਦਾਤਰ ਉਹ ਵਰਤਦੇ ਹਾਂ ਜੀ। ਜ਼ਿਆਦਾਤਰ ਅਸੀਂ ਉਹ ਵਰਤਦੇ ਹਾਂ, ਅਸੀਂ ਮਕਈ ਜਾਂ ਕਣਕ ਨੂੰ ਘੱਟ ਵਰਤਦੇ ਹਾਂ, ਅਸੀਂ ਜ਼ਿਆਦਾ ਉਹ ਦੋਨੋਂ ਚੀਜ਼ਾਂ ਵਰਤਦੇ ਹਾਂ। ਇਹ ਸਨ ਪੰਜਾਬ ਸਿੰਘ ਜਿਨ੍ਹਾਂ ਨੇ ਮੱਝਾਂ ਰੱਖੀਆਂ ਮੁਰਰਾ ਅਤੇ ਨੀਲ ਰਾਵੀ ਨਸਲ ਦੀਆਂ, ਜਿਹਦੇ ਕਿ ਜਗਰਾਵਾਂ ਦੇ ਵਿੱਚ ਮੁਕਾਬਲੇ ਹੋਏ। ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਪਹਿਲਾ ਸਥਾਨ ਆਇਆ ਦੋਨੋਂ ਮੱਝਾਂ ਦਾ, ਔਰ ਅੱਜ ਖੁਸ਼ੀ ਮਹਿਸੂਸ ਕਰ ਰਹੇ ਹੈ ਵੀ ਇਹ ਬਖਸ਼ੀਸ਼ ਉਸ ਮਾਲਿਕ ਦੀ ਹੈ। ਮਿਹਨਤ ਤਾਂ ਹਰੇਕ ਕਰਦਾ, ਲੇਕਿਨ ਉਸਦੀ ਕਿਰਪਾ ਦੇ ਬਿਨਾਂ ਵਾਹਿਗੁਰੂ ਦੀ ਇਹ ਮੁਕਾਮ ਹਾਸਿਲ ਨਹੀਂ ਹੋ ਸਕਦਾ। ਔਰ ਨੌਜਵਾਨਾਂ ਵੀ ਸੰਦੇਸ਼ ਹੈ ਵੀ ਜਿਹੜੇ ਨੌਜਵਾਨ ਵਿਦੇਸ਼ਾਂ ਨੂੰ ਭੱਜਦੇ ਹੈ, ਇੱਥੇ ਮਿਹਨਤ ਜਿਹੜਾ ਕਰਦਾ ਉਹਨੂੰ ਕਿਸ ਤਰ੍ਹਾਂ ਖੁਸ਼ੀ ਮਹਿਸੂਸ ਹੁੰਦੀ ਹੈ। ਔਰ ਆਪਣੇ ਘਰ ਦੇ ਵਿੱਚ ਇੱਕ ਪਿੰਡ ਹੈ ਸਮਾਣਾ ਦੇ ਨਾਲ ਚਤਹਿਰਾ, ਜਿੱਥੇ ਇਹ ਰਹਿਣ ਵਾਲੇ ਹੈ, ਔਰ ਪੂਰੇ ਇਹਨਾਂ ਨੇ ਪਸ਼ੂ ਰੱਖੇ ਹੈ, ਔਰ ਪਸ਼ੂਆਂ ਨਾਲ ਇਹਦਾ ਵਿਸ਼ੇਸ਼ ਪਿਆਰ ਦੇਖਿਆ ਜਾ ਸਕਦਾ ਹੈ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।